भी भावें होंगी तो जरूरी है, पर फिर भी जो जाने खुशी के नाल नाल थोड़ा गम भी होंगे है ना। मैं तो इन्हों का सारे का धन्यवाद ही करूँगा, मैं बहुत भरमा प्यार मिले सारे स्टाफ वालों नगर कौंसल वालों। हिसाब नाल देखा तो गोल्डन टाइम ही लगता है भी बहुत भला समा सी जिहड़ा लंघिया, चंगा ही कहूँगा बहुत वधिया लंघिया, जिन्ना समा लंघिया बहुत वधिया लग रहा जी। ये भी एक खास दिन हुंदा जिंदगी दा, क्योंकि जदों ज्वाइन करदे आ तां रिटायरमेंट भी भावें हुंदी तां जरूरी है, पर फिर भी जदों जाने खुशी दे नाल नाल थोड़ा गम भी हुंदा है ना। एक नवीं जिंदगी स्टार्ट हुंदी है बंदे दी, तां मैं तां इन्हां दा सारयां दा धन्नवाद ही करूँगा, मैनूं बहुत भरमा प्यार मिलिया सारे स्टाफ वालों नगर कौंसल वालों, सारे का शुक्रिया अदा करके जाऊंगा। किदां दा सफर लगता है जिहड़ा लंघिया पुराना जिहड़ा डिपार्टमेंट दे नाल बताया सी, किवें यादां आ रहीयां उस? अज दे हिसाब नाल देखा तां गोल्डन टाइम ही लगता है भी बहुत भला समा सी जिहड़ा लंघिया, चंगा ही कहूँगा बहुत वधिया लंघिया, जिन्ना समा लंघिया। बेशक अज दे हालात कमां तां काफ़ी टफ ने, परंतु लंघिया समा सारा बहुत वधिया सी। ਤੁਹਾਡੇ ਸਾਥੀ ਕਰਮਚਾਰੀ ਨੇ ਦੱਸਿਆ ਵੀ ਜਿੱਥੇ ਕੱਚੇ ਮੁਲਾਜ਼ਮ ਨੇ, ਇੱਕ ਬਹੁਤ ਇੰਪੋਰਟੈਂਟ ਮਹਿਕਮਾ ਹੈਗਾ ਇਹ, ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ? ਕਿਉਂਕਿ ਜੇ ਚਿੰਤਾ ਮੁਕਤ ਮੁਲਾਜ਼ਮ ਹੋਣਗੇ ਤਾਂ ਡਿਊਟੀ ਹੋਰ ਵੀ ਬਿਹਤਰ ਨਿਭਾਉਣਗੇ। ਖੈਰ ਮੇਰਾ ਤਾਂ ਇਹਨਾਂ ਨਾਲ ਵਾਹ ਪਿਆ, ਬਹੁਤ ਟ੍ਰੇਨਡ ਜਵਾਕ ਨੇ ਸਾਰੇ ਹਰ ਇੱਕ ਪੱਖ ਤੋਂ। ਮੈਂ ਇਹਨਾਂ ਨਾਲ ਵਿੱਚ ਸਾਲ ਡੇਢ ਸਾਲ ਤਾਂ ਇਹਨਾਂ ਦੇ ਵਿੱਚ ਵੀ ਮੈਂ ਦੇਖਿਆ ਨਾਲ ਕੰਮ ਕਰਕੇ, ਇਹਨਾਂ ਦੇ ਨਿਹਾਇਤ ਹੀ ਸਾਰੇ ਡਰਾਈਵਰ ਨੇ, ਸਾਰੇ ਫਾਇਰਮੈਨ ਨੇ, ਪਰ ਫਿਜ਼ੀਕਲੀ ਸਾਰੇ ਫਿੱਟ ਨੇ। ਗੌਰਮੈਂਟ ਨੂੰ ਚਾਹੀਦਾ ਕੋਈ ਨਾ ਕੋਈ ਪਾਲਿਸੀ ਬਣਾ ਕੇ ਜਲਦੀ ਤੋਂ ਜਲਦੀ ਸ਼ੋਸ਼ਣ ਨਾ ਕੀਤਾ ਜਾਵੇ ਇਹਨਾਂ ਦਾ, 5-5 ਸਾਲ ਹੋ ਗਏ ਇਹਨਾਂ ਨੂੰ ਵਿਚਾਰਿਆਂ ਲੱਗਿਆਂ ਨੂੰ, ਅਤੇ ਇੰਨਾ ਰਿਸਕ ਵਾਲਾ ਮਹਿਕਮਾ। ਤੁਸੀਂ ਦੇਖੋ ਮੇਰੀ ਸਰਵਿਸ ਦੇ ਵਿੱਚ ਵੀ 3 ਸਿਲੰਡਰ ਫਟਿਆ ਸਾਡੇ ਸਿਰ ਉੱਤੋਂ ਦੀ, ਕਦੋਂ ਕੀ ਹੋ ਜਾਵੇ ਤਾਂ ਕੌਣ ਪੁੱਛੂਗਾ ਨਾ ਬੱਚਿਆਂ ਨੂੰ ਜੇ ਕੱਲ੍ਹ ਨੂੰ ਕੋਈ ਇੱਦਾਂ ਦੀ ਗੱਲਬਾਤ ਹੋ ਗਈ ਤਾਂ। ਸਰਕਾਰ ਨੂੰ ਜ਼ਰੂਰੀ ਇਹਨਾਂ ਦੀ ਮੰਗ ਵੱਲ ਧਿਆਨ ਦੇਣਾ ਚਾਹੀਦਾ, ਜਿੰਨਾ ਜਲਦੀ ਹੋ ਸਕੇ ਪੱਕੇ ਕਰਨੀ ਚਾਹੀਦੀ। ਅੱਜ ਸਾਡੇ ਸਰਦਾਰ ਜੰਗੀਰ ਸਿੰਘ ਜੀ ਅਤੇ ਸਰਦਾਰ ਬਲਕੌਰ ਸਿੰਘ ਜੀ, ਸਾਡੇ ਦੋ ਮੁਲਾਜ਼ਮ ਅੱਜ ਰਿਟਾਇਰ ਹੋਏ ਨੇ, ਇਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਸੀਗੀਆਂ ਹੁਣ ਤੱਕ ਦੀਆਂ, ਅਤੇ ਅੱਜ ਉਹਨਾਂ ਨੂੰ ਰਿਟਾਇਰਮੈਂਟ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਹਾਂ ਅਸੀਂ। ਜੋ ਸਾਹਿਬ ਮੇਰੇ ਨਾਲ ਨੇ, ਸਮੁੱਚਾ ਸਟਾਫ ਨਗਰ ਕੌਂਸਲ ਅਤੇ ਸਮੁੱਚਾ ਸਟਾਫ ਹੈ ਜਿਹੜਾ ਸਾਡਾ ਫਾਇਰ ਬ੍ਰਿਗੇਡ ਦਾ, ਉਹ ਸਾਡੇ ਨਾਲ ਮੌਜੂਦ ਹੈ। ਅੱਜ ਅਸੀਂ ਬਲਕੌਰ ਸਿੰਘ ਜੀ ਨੂੰ 5 ਲੱਖ ਰੁਪਏ ਦਾ ਚੈੱਕ ਦੇ ਚੁੱਕੇ ਹਾਂ, ਬਾਕੀ ਜਿਹੜੀ ਪੇਮੈਂਟ ਉਹਦੀ ਜਲਦੀ ਦਿੱਤੀ ਜਾਊਗੀ। ਜੰਗੀਰ ਸਿੰਘ ਜੀ ਨੂੰ ਅਸੀਂ ਜਿਹੜੀ ਹੈ ਜਲਦੀ ਤੋਂ ਜਦੋਂ ਸਮੇਂ 'ਚ ਪੇਮੈਂਟ ਦਿੱਤੀ ਜਾਊਗੀ।